फ्रेंड्स, अगर आपने हमारा चैनल सब्सक्राइब नहीं किया तो सब्सक्राइब कर लें और बेल बटन पर प्रेस करें ताकि आप लेटेस्ट वीडियो सबसे पहले देख सकें। थैंक यू। ਬਲਜਿੰਦਰ ਸਿੰਘ ਦਿੱਤਾ ਆ ਫੋਟੋ ਵੇਖ ਲਈ ਬਲਜੀ ਯਾਰ ਬਲਜਿੰਦਰ ਬਾਅਦ ਸਮਾਜਨ ਮੈਚ ਤੋਂ ਬਾਅਦ ਤਿਆਰਗੇ ਕਿਰਪਾ ਕਰਕੇ ਨੂੰ ਜਾਵੇ ਨਾ ਬਾਈ ਅਗਲੇ ਸਮਾਜਨ ਮੈਚ ਤੋਂ ਬਾਅਦ ਜੇ ਮੈਚ ਦੀ ਸ਼ੁਰੂਆਤ ਵਧੀਆ ਲੱਗੀ ਹੈ ਮਾੜਾ ਜਿਹਾ ਰੌਲਾ ਰੂਲਾ ਪਾ ਕੇ ਦੱਸ ਦਿਓ ਦਰਸ਼ਕ ਵੀਰੋ ਕਵੈਣ ਕਹਿੰਦੇ ਪਣਹਾਰੀ ਵਾਲੇ ਸ਼ਾਂਧੂ ਦੇ ਨੰਬਰ ਜੋੜ ਦਿੱਤਾ ਹੈ ਇੱਧਰ ਸਿੱਧੂ ਦੇ ਟੀਮ ਦੀ ਮੁੰਡੇ ਕਹਿੰਦੇ ਤੇ ਪਣਹਾਰੀ ਦੀ ਧਰਤੀ ਦਾ ਖੇਡਦਾ ਹੈ ਜਿਹਦੇ ਤੋਂ ਸ਼ਾਂਧੂ ਦੇ ਨੰਬਰ ਲਿਆ ਹੈ ਵਿੱਕੀ ਮੇਰੇ ਮਿੱਤਰੋ ਇਹ ਆ ਮਣੀ ਚੰਦਨ ਖੇੜੇ ਵਾਲਾ ਮੁੰਡਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਵਿਦਿਆਰਥੀ ਹੈ ਜਿਹਨੇ ਨੈੱਟ ਤੇ ਸਿਰਾ ਕਰਵਾ ਦਿੱਤਾ ਦੋ ਤਿੰਨ ਇੱਕ ਨੰਬਰ ਸਲੇਮ ਸ਼ਾਹ ਤੇ ਤਿੰਨ ਨੰਬਰ ਹੈ ਪਣਹਾਰੀ ਦੀ ਟੀਮ ਦੇ ਇੱਕ ਤੇ ਤਿੰਨ ਦਾ ਮੁਕਾਬਲਾ ਇਹ ਮੁੰਡਾ ਸਿੱਧੂ ਸਲੇਮ ਸ਼ਾਹ ਵਾਲਾ ਜਿਹਨੇ ਸਰਵਿਸ ਕੀਤੀ ਹੈ ਜਿਹੜਾ ਮੁੰਡਾ ਲਗਾਤਾਰ ਨੈਟ ਤੋਂ ਬਾਲਾਂ ਕਰਾਉਸ ਕਰ ਰਿਹਾ ਹੈ ਲਵਨੀਤ ਸ਼ਰਮੇ ਨੇ ਕਹਿੰਦੇ ਇਹ ਮੁੰਡੇ ਦੇ ਇੱਕ ਨੰਬਰ ਦਾ 8,000 ਰੁਪਇਆ ਮੁੱਲ ਪਾਇਆ ਹੈ ਜਿਹੜਾ ਮੁੰਡਾ ਹੁਣ ਸਰਵਿਸ ਕਰ ਰਿਹਾ ਹੈ ਇੱਕ ਨੰਬਰ ਦਾ 8,000 ਰੁਪਇਆ ਲੱਗਿਆ ਸੀਗਾ ਤੇ ਮੁੰਡੇ ਨੇ ਉਹ 8,000 ਆਪਣੀ ਝੋਲੀ ਦੇ ਵਿੱਚ ਪਾਇਆ ਕਬਜ਼ਾ ਕੀਤਾ ਹੈ ਇਹ ਗੱਲਾਂ ਮੌਕੇ ਵਾਲੇ ਕੱਪਦੀਆਂ ਮੇਰੇ ਮਿੱਤਰੋ ਆਹ
एजेंट आ हो सकता ठीक है। एक मिनट चलू लैनमैन बैठा दी गंगानगर वाला छप्पी अखबारा करनपुर तहसील की धरती का नौजवान लैदी बनी मार कई बार लो तीन जोरदार मार दी मेरे मित्रों तीन नंबर हसले बचा दी नंबर पनिहारी ने तीन पांच हो गई है खेल में मैदान देते हुए तीन पांच हो गई है नजर लग जा गोटिया खेलते मैदान पर पगाने पुत्र ने भी मेहनत मशक्कत की है कि रह के नशिया तो दूर घलनी पैंती है घलना बड़ा औखा होंदा साल सोलवा संभालना जो डरते हनेरिया तो घरे मुड़ाते हथ तरक भी नहीं आता बस रहते पछताते हथ तरक भी नहीं आता बस रहते पछताते लैरी तेल मार कोई बास की ना तेरे भी वे मार है उधर छब्बी अखबार मुकाबला जी छे नंबर पनिहारी तीन नंबर है नथू वाला गर्द एन कहते तीन नंबर सलीम शाह भी टीम ने तीन नंबर सलीम शाह भी टीम लिया है गंगानगर वाले आंटा जवाब के एक सौ मीते बराबर नहीं होना है मुंडा पूंगी वाला पर बाल जी आउट है लो चार नंबर हो गए है चार से अठ का मुकाबला खेल के मैदान अद्धो अध का फर्क है पर सिद्धू की कहते खेल बड़ी है सिद्धू के कलाकारी बड़ी है लो छोटी उम्र का वड्डा स्टार है खेल मैदान के विच नाल मनी चंदन जिहड़े दा पंजाब के कहते तकड़े नटमैना के विच नौ है लो नंबर पर पांच हो गए तीन क नंबर का फर्क है लैवी मुंडिया थोड़ा होर जोर ला फिर गल बनती है खेल मैदान के विच Thank you.
ਲੋਵਾਲ ਜਿਹੜੀ ਆਊਟ ਹੈ ਅੱਠ ਨੰਬਰ ਪਣਿਹਾਰੀ ਦੇ ਤੇ ਪੰਜ ਨੰਬਰ ਹੈ ਲਵਨੀਤ ਕਲੱਬ ਕਾਲੀਏ ਵਾਲਾ। ਅੱਠ ਤੇ ਪੰਜ ਦਾ ਮੁਕਾਬਲਾ ਜੀ ਪੂਰਾ ਸਿਰੇ ਦਾ ਮੈਚ ਹੈ ਖੇਡਦੇ ਮੈਦਾਨ ਵਿੱਚ ਕਿ ਸਬਰ ਸਿਦਕ ਤੋਂ ਟੋਲੀ ਨਾ ਤੂੰ ਸ਼ੇਰ ਪੰਜਾਬ ਦੇ ਆ ਘਰ ਘਰ ਪਹੁੰਚੂ ਬੈਠ ਤੇਰੀ ਦੇ ਫੁੱਲ ਗੁਲਾਬ ਦੇ ਆ ਮਿੱਟੀ ਮੱਥੇ ਚੁੱਪ ਲਾਉਣਗੇ ਤੇਰੇ ਆਰਾਮਾਂ ਦੀ ਪੁੱਤ ਬਹਾਦਰ ਚੁੱਕ ਸਫ਼ਰ ਕਰ ਜਾਂਦੇ ਮਾਵਾਂ ਦੀ ਪੁੱਤ ਬਹਾਦਰ ਚੁੱਕ ਸਫ਼ਰ ਕਰ ਜਾਂਦੇ ਮਾਵਾਂ ਦੀ ਲਓ ਸ਼ੀੜੀਆਂ ਮਾਵਾਂ ਤੇ ਸ਼ੇਰ ਪੁੱਤਰ ਖੇਡਦੇ ਆ ਖੇਡਦੇ ਮੈਦਾਨ ਦੇ ਵਿੱਚ ਉੱਧਰ ਬਲਾਰ ਮੇਮੇ ਵਾਲਾ ਪਿੰਡ ਮੁੰਡਾ ਪੰਜਾਬ ਦਾ ਇੱਧਰ ਕਹਿੰਦੇ ਹਰਿਆਣੇ ਵਾਲਾ ਵਿੱਕੀ ਖੇਡ ਰਿਹਾ ਇੱਕ ਮੁੰਡਾ ਹਰਿਆਣੇ ਦਾ ਖੇਡਦਾ ਪੰਜਾਬ ਦੀ ਟੀਮ ਦੇ ਲਈ ਤੇ ਉੱਧਰ ਹਰਿਆਣੇ ਦੀ ਟੀਮ ਲਈ ਇੱਕ ਮੁੰਡਾ ਪੰਜਾਬੀ ਹੈ ਇੱਕ ਨਿੱਕ ਤੇ ਖੇਡਦਾ ਇੱਕ ਕਿੰਗ ਖੇਡਦਾ ਮੁੰਡਾ ਪੰਜਾਬ ਦੇ ਖੇਡਦੇ ਹੈ ਤੇ ਸੈਂਟਰ ਦੇ ਵਿੱਚ ਮੁੰਡਾ ਪਨਿਹਾਰੀ ਵਾਲਾ ਹਰਿਆਣੇ ਵਾਲਾ ਸ਼ੋਰਾ ਖੇਡਦਾ ਤੇ ਛੱਬੀ ਅਫਵਾਲੀ ਨੂੰ ਦੁਨੀਆਂ ਜਾਣਦੀ ਹੈ ਇਹ ਆ ਮੁੰਡਾ ਰਾਜਸਥਾਨ ਦੀ ਧਰਤੀ ਦਾ ਕਿ ਲੈ ਲੈਵੇ ਮੁਰਾਬਾ ਇੱਕ ਰਾਜਸਥਾਨ ਸਾਰੇ ਜਿਹੇ ਜੱਗ ਕਿੱਥੇ ਮਿਲਦੇ ਜਵਾਨ ਲੈ ਲੈਵੇ ਮੁਰਾਬਾ ਇੱਕ ਰਾਜਸਥਾਨ ਗੱਲਾਂ ਪੱਪੂ ਮਾਨ ਨੇ ਸਿਰੇ ਲਾਈਆਂ ਬਾਲ ਜਿਹੜੀ ਆਊਟ ਪੰਜ ਤੇ ਅੱਠ ਦਾ ਮੁਕਾਬਲਾ ਲੈ ਵੀ ਬੂਟਿਆ ਸ਼ੇਰ ਦੋ ਟੂਰਨਾਮੈਂਟ ਹੋ ਗਏ ਪਨਿਹਾਰੀ ਵਾਲੇ ਨੇ ਐਨ ਜਿਹੜੀ ਗੱਲ ਸਿਰੇ ਲਾਈ ਹੋਈ ਹੈ ਅੱਜ ਤੂੰ ਤੋਰ ਚੁੱਕਣਾ ਰਿਕਾਰਡ ਸੀ ਨਾ ਗੱਲ ਫੇਰ ਹੀ ਬਣਦੀ ਅੱਜ ਪਨਿਹਾਰੀ ਵਾਲੇ ਦਾ ਮੁਕਾਬਲਾ ਫੇਰ ਹੈ ਜੱਸੋਵਾਲ ਕਲਾਰ ਵੀ ਮੇਰੇ ਮਿੱਤਰੋ ਇਹਨਾਂ ਟੀਮਾਂ ਦਾ ਮੈਚ ਹੋਇਆ ਇਹ ਹੈ ਮੁੰਡਾ ਫੂਕੀ ਵਾਲਾ ਟੀਟੂ ਤਰਸੇਮ ਨੇ ਜਿਹੜਾ ਟੱਪਾ ਪਾ ਦਿੱਤਾ ਤੇ ਉਹਨਾਂ ਨੇ ਵੀ ਨਾਲ ਦੀ ਨਾਲ ਹੀ ਜਿਹੜਾ ਵੱਡੇ ਮਾਣ ਪਹੁੰਚਦੇ ਕਰ ਦਿੱਤੇ ਆ ਬਿਲਕੁਲ ਜੀ ਦਿਲੋਂ ਧੰਨਵਾਦ ਸਾਡੇ ਬੀਕਾ ਬਰਾੜ ਦੀ ਤਰਖਾਣ ਵਾਲੇ ਤੋਂ ਬੜੇ ਸੋਹਣੇ ਬੋਲ ਵੀ ਲਿਖਦੇ ਇਹ ਆ ਮੁੰਡਾ ਤਰਸੇਮ ਲੈ ਵੀ ਬੂਕੀ ਵਾਲਿਆ ਕੋਈ ਗੱਲ ਨੀ ਲੈ ਵੀ ਦੱਸੀ ਦੱਸੂ ਬੀਕੂ ਵਾਲਿਆਂ ਨੰਬਰ ਕਿੰਨੇ ਕਿੰਨੇ ਹੋ ਗਏ ਹੈ ਪੰਜ ਨੰਬਰ ਹੈ ਜੀ ਨਵਨੀਤ ਕਲੱਬ ਕਾਲੀਏ ਵਾਲਾ ਤੇ ਦਸ ਨੰਬਰ ਜਿਹੜੇ ਉਹ ਪਨਿਹਾਰੀ ਦੇ ਹੈ ਲਓ ਇੱਧਰ ਦੇਵ ਸਰੀਕਿਆਂ ਵਾਲਾ ਬੜਾ ਪ੍ਰਸਿੱਧ ਗੀਤਕਾਰੀ ਇਹ ਵਿੱਚ ਹੋਇਆ ਹੈ ਤੇ ਦੇਵ ਦੀ ਗੱਲ ਕਹਿੰਦੇ ਖੇਡ ਬਾਲੀਵਾਲ ਦੇ ਬੱਚੇ ਬੱਚੇ ਦੀ ਜਵਾਬ ਤੇ ਚੱਲਦੀ ਹੈ ਇਹ ਹੈ ਤਲਕੇ ਭਾਈ ਏਰੀਏ ਦਾ ਜਿੱਥੇ ਕਹਿੰਦੇ ਭੂਤਾਂ ਨੇ ਰਾਤੋਂ ਰਾਤੋਂ ਬਣਾਇਆ ਸੀ ਉਸ ਏਰੀਏ ਦਾ ਖਿਡਾਰੀ ਕਿਆ ਬਾਤ ਹੈ ਐ ਨਜ਼ਾਰੇ ਬੱਚੇ ਪਏ ਆ ਖੇਡ ਮੈਦਾਨ ਦੇ ਵਿੱਚ ਇਹ ਮੁੰਡਾ ਚੰਨਣ ਖੇੜੇ ਵਾਲਾ ਗੋਲ ਦੀ ਲਓ ਜੀ ਅੱਜ ਦੇ ਮੈਚ ਵਧੀਆ ਲੱਗ ਰਹੇ ਇੱਕ ਵਾਰੀ ਜ਼ੋਰਦਾਰ ਤਾੜੀ ਪ੍ਰਬੰਧਕ ਨੇ ਜੀ ਦੇ ਨਾਮ ਮਾਰ ਦਿਓ ਜਿਨ੍ਹਾਂ ਨੇ ਫੱਟੇ ਪੁਰਾਲੇ ਕੀਤੇ ਹੈ ਬਿਲਕੁਲ ਯੰਗ ਉਮਰ ਦੇ ਮੁੰਡੇ ਆ ਨਵੀਂ ਸੋਚ ਰੱਖਣ ਵਾਲੇ ਗਾਹ ਵਧੂ ਸੋਚ ਦੇ ਮਾਲਕ ਜਿਨ੍ਹਾਂ ਨੇ ਵੱਡਾ ਪੁਰਾਲਾ ਕੀਤਾ ਹੈ ਸਾਰੇ ਵੀਰਾਂ ਦਾ ਆਪਾਂ ਵੱਡਾ ਧੰਨਵਾਦ ਕਰਾਂਗੇ ਤੇ ਅੱਜ ਦਾ ਟੂਰਨਾਮੈਂਟ ਜਿਹੜਾ ਸਫਲਤਾ ਵੱਲ ਵੱਧਦਾ ਜਾ ਰਿਹਾ ਹੈ ਟੂਰਨਾਮੈਂਟ ਸਫਲ ਉਦੋਂ ਹੁੰਦਾ ਜਦੋਂ ਟੀਮਾਂ ਵਧੀਆ ਹੋਣ ਤੇ ਪ੍ਰਬੰਧ ਵਧੀਆ ਹੋਣ ਤੇ ਮੈਚ ਵਧੀਆ ਹੋਣ ਅੱਜ ਐ ਸਿਆਉਣੇ ਤੇ ਸਫਾਗੇ ਵਾਲੀ ਗੱਲ ਆਪਾਂ ਦੇਖਣੀ ਹੈ ਖੇਡ ਮੈਦਾਨ ਦੇ ਵਿੱਚ ਬੜਾ ਤਕੜਾ ਮੁਕਾਬਲਾ ਹੈ ਲਓ ਅੱਠ ਨੰਬਰ ਨਵਨੀਤ ਕਲੱਬ ਕਾਲੀਏ ਵਾਲਾ ਤੇ ਦਸ ਨੰਬਰ ਹੈ ਪਨਿਹਾਰੀ ਦੇ ਅੱਠ ਤੇ ਦਸ ਦਾ ਮੁਕਾਬਲਾ ਪੂਰਾ ਟੌਪ ਦਾ ਮੈਚ ਹੈ ਮੇਰੇ ਮਿੱਤਰੋ ਖੇਡਦੇ ਮੈਦਾਨ ਵਿੱਚ ਐਨ ਪੂਰੀ ਟੂਰਨਾਮੈਂਟ ਹੋ ਰਹੀ ਹੈ ਦੋਵਾਂ ਟੀਮਾਂ ਦੀ ਲਓ ਨੰਬਰ ਅੱਠ ਤੋਂ ਵੱਧ ਕੇ ਨੌ ਹੋ ਗਏ ਹੈ ਲੈ ਵੀ ਗੰਗਾ ਨਗਰ ਵਾਲਿਆ ਉਹ ਟਾਈਮ ਜ਼ਮੀਨਾਂ ਦੇ ਤੇ ਉਹ ਗੱਲ ਬਣ ਜੇ ਕਿ ਵਾਹ ਨੀ ਤਕਦੀਰੇ ਬੀਜੀਆਂ ਭਿੰਡੀਆਂ ਤੇ ਉਗਪੇ ਖੀਰੇ ਇਹਦੇ ਭਿੰਡੀਆਂ ਚੋਂ ਖੀਰੇ ਨਾ ਉਗਪਣ ਜ਼ਮੀਨਾਂ ਉਹ ਤੰਗਾ ਗੱਲ ਫੇਰ ਬਣੀ ਹੈ ਇੱਧਰ ਮੀਤਾ ਬਰਾੜ ਜੀ ਵੀ ਤੇਰੀ ਫੇਰ ਦੇ ਵੱਡੇ ਮਾਨ ਤੇ ਸਨਮਾਨ ਕਰਦੇ ਆਪਾਂ ਦਿਲੋਂ ਧੰਨਵਾਦ ਕਰਾਂਗੇ ਉੱਧਰ ਸਾਡੇ ਐਨ ਆਰ ਆਈ ਵੀਰਾਂ ਦਾ ਦਿਲੋਂ ਧੰਨਵਾਦ ਹੈ ਨੌ ਨੰਬਰ ਜਿਹੜੇ ਨਵਨੀਤ ਕਲੱਬ ਕਾਲੀਏ ਵਾਲਾ ਤੇ ਦਸ ਨੰਬਰ ਹੈ ਪਨਿਹਾਰੀ ਦੀ ਟੀਮ ਦੇ ਇਹ ਹੈ ਮੁੰਡਾ ਰਾਜਪਾਲ ਬਾਜਰੀ ਬਲੈਕ ਕਲਰ ਦੀ ਜਿਹੜਾ ਦਿੱਕਤ ਦੇ ਵਿੱਚ ਮੁੰਡਾ ਖੇਡਦਾ ਹੈ ਹਰਿਆਣੇ ਦੀ ਟੀਮ ਦੇ ਲਈ ਲਓ ਤਰ ਜਿੰਦੇ ਢਿੱਲੋਂ ਬੜਾ ਵਾਲਾ ਵੀ ਬੈਠਾ ਲੈ ਮੈਚਾਂ ਨੂੰ ਤੱਕਦਾ ਹੈ
ਨਾਲ ਗਿੱਲਾਂ ਦਾ ਸੋਨੂ ਹੈ ਪਿੰਦਰ ਗਿੱਲ ਵਰਗੇ ਸਾਰੇ ਵੀਰ ਇਹਨਾਂ ਮੈਚਾਂ ਦਾ ਆਨੰਦ ਮਾਣਦੇ ਅਤੇ ਕੁੱਕ ਪ੍ਰਧਾਨ ਵਰਗੇ ਉੱਧਰ ਸਾਡੇ ਦੀਵਾਨ ਖੇੜੇ ਵਰਗੇ ਪੁਰੀ ਵਰਗੇ ਸਾਰੇ ਵੀਰ ਸੋਨੂ ਵਰਗੇ ਰਾਜੂ ਵਰਗੇ ਦੀਵਾਨ ਖੇੜੇ ਵਾਲੇ ਵੀ ਇਹਨਾਂ ਮੈਚਾਂ ਦਾ ਆਨੰਦ ਮਾਣਦੇ ਹੈ ਸਾਰੀ ਖੇਡ ਦੀ ਸੰਗਤ ਦਾ ਆਪਾਂ ਬੜਾ ਧੰਨਵਾਦ ਕਰਾਂਗੇ ਨੰਬਰ ਲੈਟ ਪਾਸੇ ਬਿਲਕੁਲ ਚੜ੍ਹਦੀ ਗ੍ਰੇਡ ਦੇ ਖਿਡਾਰੀ ਹੈ ਤੇ ਖਿਡਾਰੀ ਦਾ ਕਹਿੰਦੇ ਤਜਰਬਾ ਵੱਡਾ ਦੇਵ ਦਾ ਗੁਰਦੇਵ ਸਿੰਘ ਮੁੰਡੇ ਦਾ ਪੂਰਾ ਨਾਮ ਹੈ ਸਰਾਹ ਪਰਿਵਾਰ ਦਾ ਖਿਡਾਰੀ ਹੈਗਾ ਗੰਗਾ ਨਗਰ ਦੇ ਨਾਂ ਨਾਲ ਪ੍ਰਸਿੱਧ ਹੋ ਗਿਆ ਲੋ ਮੈਚ ਬੜਾ ਯਾਦਗਾਰ ਇੱਥੇ ਰਾਜਪਾਲ ਬਾਲਦੀ ਵਰਗੇ ਖਿਡਾਰੀ ਖੇਡਦੇ ਹੈ ਤੇ ਦੁਨੀਆਂ ਮੈਚਾਂ ਦਾ ਆਨੰਦ ਮਾਣਦੀ ਹੈ ਖੇਡ ਮੈਦਾਨ ਦੇ ਵਿੱਚ ਆਪਾਂ ਨੇ ਨਵੀਂ ਬਣੀ ਚੰਦਨ ਖੇੜੇ ਵਾਲਾ ਜਦੋਂ ਰੋਪੜੇ ਦੇ ਵਿੱਚ ਲੱਖ ਵਾਲਾ ਕੱਪ ਹੋਇਆ ਤੇ ਦੁਨੀਆਂ ਤੇਰੀ ਖੇਡ ਨੂੰ ਅੱਜ ਵੀ ਯਾਦ ਕਰਦੀ ਹੈ ਉਹੀ ਜੀ ਯਾਦ ਦਬਾ ਕੇ ਦਬਾ ਪਾ ਗੱਲ ਫੇਰ ਬਣੀ ਹੈ ਖੇਡ ਮੈਦਾਨ ਦੇ ਵਿੱਚ ਇਹ ਹੈ ਬਣੀ ਦਾ ਵੀਰ ਗੋਲੀ ਉਹ ਭਾਵ ਬਦਰੂਆ ਐਨ ਵੱਡਾ ਬੱਲੇ ਬੱਲੇ ਕਰਵਾਉਂਦਾ ਹੈ ਪਰ ਦੇਵ ਦੇਵ ਵੀ ਕਦੇ ਪੱਟੀ ਤੋੜ ਫੁੱਟ ਦਾ ਜ਼ਰੂਰ ਹੈ ਇਹਦੇ ਵਿੱਚ ਕਿਹੜੀ ਖੂਬੀ ਅਸੀਂ ਦੱਸਣਾ ਜ਼ਰੂਰ ਹੈ ਲਲਕਾਰੇ ਵੱਜ ਰਹੇ ਹੈ ਉਧਰ ਜੱਟੂ ਕਿਆ 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 ਬਾਤ ਬਾਤ ਕਿਆ ਬਾਤ ਹੈ ਇੱਕ ਨੰਬਰ ਦਾ ਹੋਰ ਵਾਧਾ ਹੋ ਗਿਆ ਲਓ 12 ਤੇ 10 ਅਗਲਾ ਮੈਚ ਨੱਥੂ ਵਾਲਾ ਦੇ ਟੁੱਟੋ ਵੀ ਮੇਰੇ ਵਿੱਚ ਪਟਾਕੇ ਹੀ ਪੈਣੇ ਹੈ ਕਿਉਂਕਿ ਅੱਜ ਟਿੱਟੂ ਹੋਣਾ ਨੇ ਟੀਮਾਂ ਟੋਪ ਦੀਆਂ ਸੁੱਧੀਆਂ ਖਿਡਾਰੀ ਟੋਪ ਤੇ ਆ ਗਏ ਅਗਲਾ ਮੈਚ ਵੀ ਸਿਰਾ ਹੋਣਾ ਨੱਥੂ ਵਾਲਾ ਗਰਬੀ ਤੇ ਟੁੱਟਾ ਇਹ ਟੀਮਾਂ ਤਿਆਰ ਰਹਿਣਗੀਆਂ ਉੱਧਰ ਸਾਡੀ ਜ਼ਿੰਦਗੀ ਦਾ ਪਿਆਰਾ ਵੀਰ ਸਾਡਾ ਯਾਰਾਂ ਦਾ ਯਾਰ ਬੱਲੋ ਵਾਲਾ ਕੁੜੀ ਵੀ ਬੈਠਾ ਇਹਨਾਂ ਮੈਚਾਂ ਨੂੰ ਲਾਈਵ ਦੇਖਦਾ ਹੈ ਬੱਲੋ ਵਾਲਾ ਕੁੜੀ ਵੀ ਕਹਿੰਦੇ ਗੋਪੇ ਦਾ ਟੱਕਰ ਫੈਨਾ ਹੈ ਗੋਪੇ ਗੱਲ ਭਾਈਆਂ ਤੋਂ ਵੱਧ ਕੇ ਪਿਆਰ ਹੈ ਬੱਲੋ ਵਾਲੀ ਕੁੜੀ ਦਾ ਵੀ ਧੰਨਵਾਦ ਕਰਾਂਗੇ ਉੱਧਰ ਸਾਡੇ ਵੀਰ ਪੰਜੀ ਹੋਣੀ ਤੇ ਆਏ ਇਹਨਾਂ ਮੈਚਾਂ ਨੂੰ ਦੇਖਣ ਦੇ ਲਈ ਬੱਲੋ ਵਾਲੀ ਗੋਪੇ ਦੀ ਫਿਰ ਦੇ ਦਵਾਂਗੇ ਹੈ ਉਹਨਾਂ ਵੀਰਾਂ ਦਾ ਵੀ ਆਪਾਂ ਦਿਲੋਂ ਸਵਾਗਤ ਕਰਾਂਗੇ ਦਿਲੋਂ ਧੰਨਵਾਦ ਕਰਾਂਗੇ ਲਓ 10 ਨੰਬਰ ਹੈ ਪਨਿਹਾਰੀ ਤੇ 12 ਨੰਬਰ ਹੈ ਲਵਜੀਤ ਕਲੱਬ ਕਾਲੀਏ ਵਾਲਾ ਦੀ ਟੀਮ ਦੇ 10 ਤੇ 12 11 ਤੇ 12 11 ਤੇ 12 ਨੰਬਰ ਹੋ ਗਏ ਹੈ ਇੱਕ ਨੰਬਰ ਦਾ ਫਰਕ ਜਿਹੜਾ ਬਾਕੀ ਹੈ ਬਹੁਤ ਤਕੜਾ ਮੈਚ ਖੇਡਦੇ ਮੈਦਾਨ ਵਿੱਚ ਆਪਾਂ ਦੇਖ ਰਹੇ ਹਾਂ 11 ਤੇ 12 ਦਾ ਮੁਕਾਬਲਾ ਹੁਣ ਗੱਲ ਕਿਹੋ ਜੀ ਬਾਕੀ ਹੈ ਖੇਡਦੇ ਮੈਦਾਨ ਵਿੱਚ ਦੋਨੋਂ ਟੀਮਾਂ ਐਨ ਅਤੇ ਚੋਟੀ ਵਾਲਾ ਯੋਗ ਆ ਰਹੀਆਂ ਬੜੇ ਫੁੱਲੇ ਹਿਲਾਰੇ ਹੈ ਲਲਕਾਰੇ ਵੱਜ ਰਹੇ ਹੈ ਇਹਨੂੰ ਕਹਿੰਦੇ ਆ ਬਿਨਾਂ ਪੀਤੀਓਂ ਵੱਜਣ ਲਲਕਾਰੇ ਬਾਲੀ ਬਾਲ ਦੇ ਮੁੰਡੇ ਦੇਖ ਕੇ ਬਿਨਾਂ ਪੀਤੀਓਂ ਵੱਜਣ ਲਲਕਾਰੇ ਐਨ ਲਲਕਾਰੇ ਖੇਡ ਮੈਦਾਨ ਦੇ ਵਿੱਚ ਸੰਗਤ ਨਜ਼ਾਰਾ ਲੈ ਰਹੀ ਹੈ ਨਜ਼ਾਰੇ ਆਈ ਜਾਂਦੇ ਹੈ ਨਜ਼ਾਰੇ ਜਾਈ ਜਾਂਦੇ ਹੈ ਤੇ ਨਜ਼ਾਰੇ ਜਿਹੜੇ ਭੱਜੇ ਪਏ ਹੈ ਖੇਡ ਮੈਦਾਨ ਦੇ ਵਿੱਚ ਬਾਬੇ ਨਾਨਕ ਨੇ ਕਹਿੰਦੇ 13-13 ਹੁੰਦੇ ਹੈ ਇੱਧਰ ਨੰਬਰ 13 ਹੋ ਗਈ ਹੈ 13-11 ਦਾ ਮੁਕਾਬਲਾ ਖੇਡਦੇ ਮੈਦਾਨ ਵਿੱਚ ਉੱਧਰ 13ਵਾਂ ਨੰਬਰ ਜਿਹੜਾ ਸਿਰੀਏ ਵਾਲੇ ਦੇ ਦੇਵ ਨੇ ਜੋੜਿਆ ਹੈ ਇਹ ਵੀ ਮੁੰਡੇ ਨੇ ਰਾਮਪੁਰ ਦੇ ਵਿੱਚ LED ਜਿੱਤੀ ਹੈ ਜਿਹਨੇ ਹੁਣ ਕੰਪਿਊਟਰ ਵਾਲੀ ਵਾਲ ਬੜਾ ਦਿਮਾਗੀ ਖਿਡਾਰੀ ਹੈ ਕਿ ਬਾਪੂ ਕਹਿੰਦਾ ਪੁੱਤ ਖੇਡ ਹੋਣ ਸ਼ੇਰ ਬਣ ਕੇ
दिखावे ऐन सिरे का प्लेयर बन के यार बेली रिश्तेदार मान सारे करते गुणा बिना कोई नहीं किसी नु जानता पुत जिन्ना बाबा के प्लेयर बन गए नाम उच्चा हो जाए सारे खानदान का नाम उच्चा हो जाए सारे खानदान का बाकी नाल क्या करने वाले खिलाड़ी देखते हैं नाल ही बहुते तरह का पापा अपनी गड्डी को ले जाने के साथी टिक रहे हैं इन्होंने गड्डी जा रही है बहुटा वाला पापा जिते बाप सब अपनी गड्डी को ले जाने की बहुटा वाला पापा अच फिर भी संगत बड़ी गिनती दे विच आई है ना टक्कर नहीं ना सा बंदिया ना मां है ना ना प्यो बंदिया इत्थे रहना रब दा नौ बंदिया ना मां रहनी ना प्यो बंदिया इत्थे रहना रब दा नौ बंदिया उधर बाल जिहड़ी आउट है ते इक नंबर दे ख्याल दे विच लवनीत क्लब काली वाले दी टीम दा होर लग गया है लो खेड मैदान दे विच आपां देख रहे हैं ਅਸੀਂ ਮੁੰਡਿਆ ਪਾਸੂ ਬੀਜੂ ਬੜਿਆ ਨੰਬਰ ਕਿੰਨੇ ਕਿੰਨੇ ਹੋ ਗਏ ਹੈ ਦੋ ਇੱਧਰ 14 ਪੁਆਇੰਟ ਜਿਹੜੇ ਨਵਨੀਤ ਕਲੱਬ ਤਾੜੀਏ ਵਾਲਾ ਤੇ 12 ਨੰਬਰ ਆ ਜਿਹੜੇ ਉਹ ਹਰਿਆਣੇ ਦੇ ਪਨਿਹਾਰੀ ਦੀ ਟੀਮ ਦੇ ਹੈ ਦੋ ਪੁਆਇੰਟਾਂ ਦੀ ਲੀਡ ਜਿਹੜੀ ਸਿੱਧੂ ਨੇ ਹਾਸਲ ਕਰਦੀ ਹੈ ਦੇਵ ਨੇ ਹਾਸਲ ਕਰਦੀ ਹੈ ਪੂਰਾ ਟੌਪ ਦਾ ਮੈਚ ਲੈ ਵੀ ਗੰਗਾ ਨਗਰ ਵਾਲਿਆ ਉਹ ਤਗੜਾ ਸੀ ਕਿੰਨਾ ਰੰਗ ਤਿੱਖੇ ਪੈ ਗਏ ਹੈ ਉਧਰ ਮੀਤਾ ਬਲਾਡ ਇਹ ਹੈ ਗੰਗਾ ਨਗਰ ਵਾਲਾ ਇਧਰ ਜਹਾਜ ਨੇ ਕਹਿੰਦੇ ਇੰਡ ਕਰਦੀ ਹੈ ਆਹੀ ਕਲਾ ਹੈ ਜਹਾਜ ਦੇ ਵਿੱਚ ਤਾਂ ਹੀ ਦੁਨੀਆ ਪਿਆਰ ਕਰਦੀ ਹੈ ਸਿਕਰ ਨੂੰ ਬਹੁਤ ਵਧੀਆ ਮੈਚ ਖੇਡਦੇ ਮੈਦਾਨ ਵਿੱਚ ਹਰਬਲ ਜਿਹੜੀ ਚੇਂਜ ਹੋ ਗਈ ਹੈ ਉਧਰ ਸਾਡੇ ਵੀ ਯਾਤੂ ਸੇਖੋਂ ਤੇ ਸੰਦੀਪ ਢਿੱਲੋਂ ਭਾਸਰ ਜੇ ਮਣੀ ਚੰਨਣ ਜਿਹੜੇ ਵਾਲਾ ਸਮੈਸ਼ ਮਾਰਦਾ ਤੇ 100 ਹੋਣਾ ਇੱਧਰ ਫੂਕੀ ਵਾਲੇ ਨੇ ਕੱਟ ਦਿੱਤੀ ਆ ਧਾਤੀ ਦੇ ਵਿੱਚ ਲੈ ਵੀ ਮਣੀ ਹੋ ਤਗੜਾ ਦੋਵੇਂ 100-200 ਰੁਪਈਆ ਹੋਣਾ ਮਣੀ ਦੀ ਇੱਕ ਸਮੈਸ਼ ਦਾ ਸਾਡੇ ਢਿੱਲੋਂ ਸਾਹਿਬ ਦਾ ਵੀ ਧੰਨਵਾਦ ਪਰਾਲ ਪਰਿਵਾਰ ਦਾ ਵੀ ਧੰਨਵਾਦ ਵੱਡੀ ਮਿਹਨਤ ਕੀਤੀ ਹੈ ਲੈ ਵੀ ਮਣੀ ਮੁੰਡੇ ਨੇ ਹਿੰਦ ਦੇ ਜੀਵਾ ਵਾਰ ਦਿੱਤਾ ਹੈ ਬੂੰਗੀ ਵਾਲੇ ਨੇ ਧਰਤੀ ਦਾ ਸੀਨਾ ਚੀਰਿਆ ਹੈ ਜਦੋਂ ਤੂੰ ਚੀਰਨਾ ਦੇ ਵਿੱਚੋਂ 200 ਨਿਕਲਣਾ ਹੈ ਉਹ ਤਗੜਾ ਤੇਰੇ ਤੇਰਾ ਪਨਿਹਾਰੀ ਤੇ 14 ਨੰਬਰ ਹੈ ਨਵਨੀਤ ਕਲੱਬ ਕਾਲੀਏ ਵਾਲਾ 14 ਨੰਬਰ ਹੈ ਮੋਗੇ ਦੀ ਟੀਮ ਦੇ Oh, yeah.
नौ नंबर जेड़े 16 हो गए हैं, बहुत तगड़ा मैच है मेरे मित्रों। 16 ते 13 इधर देव एवं नहीं मंडे ने एलई की जिंदी रात परते सिद्धू उधर देव कहते हैं रेस के पैर रखे कहीं दबी तुरी आता है सिद्धू सलीम साहब वाला जेड़ा भी खिलाड़ी दो टीम पांच वाला क्रॉस करना अमरा भास्कर कहता पा 500 देवे कोई भी खिलाड़ी कर सके एक दो तीन चार पांच छह सात आठ सिद्धू जी फिर तो खुश हो गए मोटा बराड़ दी सिंह वाला एक 100 सिद्धू ने लेके गई है। इधर 19 नंबर भाई ला नंबर 80 भी मुंडा देने के लिए हो गए हैं सहवाग जी नंबर 80 से निकले नंबर 80 ਉੱਤੀ ਪੁਆਇੰਟ ਹੈ ਜਿਹੜੇ ਨਵਨੀਤ ਕਲੱਬ ਕਾਲੀ ਵਾਲਾ ਤੇ 13 ਨੰਬਰ ਹੈ ਪਨਿਹਾਰੀ ਦੇ ਅਗਲੀ ਟੀਮਾਂ ਦਾ ਬੋਲ ਉਧਰ ਸਾਡਾ ਵੀ ਕੱਪਾ ਬਰਾੜ ਭਾਸਰ ਵਾਲਾ 100 ਸਿੱਧੂ ਦੇ ਯਾਰ ਆਪਾਂ ਤਲੋ ਦਾ ਖਾਰ ਕਰਾਂਗੇ ਵੱਡੇ ਮਾਨ ਤੇ ਸਨਮਾਨ ਸਾਡੇ ਵੀ ਭਾਸਰ ਵਾਲੇ ਕਰਦੇ ਹੈ 19 ਤੇ 13 ਨੰਬਰ ਹੋ ਗਿਆ ਲੈ ਵੀ ਸਿੱਧੂ ਆਪਾਂ ਤੇ ਕੋਲ ਹੀ ਲੈ ਜਾਂਦੇ ਹੈਲੋ ਦੀਪ ਢਿੱਲੋਂ ਤੇ ਯਾਦ ਸਿੱਖੋ ਸਹਿਬਾਇਓ ਮੈਂ ਕਰਾਂ ਦੇ ਵਜੀਰਪੁਰ ਦੇ ਕਿਹੜੀਆਂ ਟੀਮਾਂ ਨੂੰ ਕਰਾਂਗੇ ਪਹਿਲਾਂ उधर संदीप ढिलो तो याद सिखो मणि जितिया सदस्या मार दो 100 के नोट हो गए उधर संत बाबा भारत सिंह की स्पोर्ट्स क्लब अकालगढ़ वाले वे मान एस एस यू दुनिया खुश है दुनिया कहते सिद्धू की फैन है
ਮੈਚ ਜਿਹੜਾ ਸਮਾਪਤ ਹੈ ਤੇ ਤਾਲੀਆਂ ਦੇ ਨਾਰੇ ਵੱਜੇ ਹੈ। ਠੀਕ ਹੈ ਜੀ, ਨੱਥੂ ਵਾਲਾ ਗੱਡੀ ਤੇ ਕਿੱਦਾਂ ਦੀ ਮਾਜ।